ਵੀਰੋ ਦੋਸਤੋ ਪੈਨੋਂ ਤੇ ਪ੍ਰਾਵੋ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਦੜੇ ਦਾ ਮੰਤਰ ਇਸਲਾਮੀ ਮੰਤਰ ਹੈ ਇਹ ਬਹੁਤ ਪਾਵਰਫੁਲ ਹੈ ਬਹੁਤ ਬਲਸ਼ਾਲੀ ਹੈ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਅਲੀ ਜੰਤਰ ਮੰਤਰ ਤੰਤਰ ਔਰ ਮੈਂ ਹਵਾ ਬਾਬਾ ਅਲੀ ਖੰਚਿਸ਼ਤੀ ਚਿਸ਼ਤੀ ਨਿਜ਼ਾਮੀ ਦਰਬਾਰ ਨਾਨਕਨਗਰੀ ਮੋਗਾ ਦੇ ਵਿੱਚ ਮੋਗਾ ਸਾਡਾ ਸ਼ਹਿਰ ਹੈ ਜੀ ਤੇ ਮੰਗਲਵੀਰ ਐ ਤਾਂ ਅਸੀਂ ਬੈਠਦੇ ਹਾਂ ਸੰਗਤ ਵਾਸਤੇ ਤੇ ਜਿਸਨੇ ਵੀ ਆਉਣਾ ਹੋਵੇ ਉਹ ਆ ਵੀ ਸਕਦਾ ਮੰਤਰ ਨੰਬਰ 74 ਹੈ ਜੀ ਮੰਤਰ ਵਾਲ ਜਾਣ ਤੋਂ ਪਹਿਲਾਂ ਤੁਸੀਂ ਠੋਕ ਦਿਓ ਇੱਕ ਇੱਕ ਲਾਈਕ ਪਿਆਰਾ ਜਾਂ ਤੇ ਸ਼ੇਅਰ ਕਰ ਦਿਆ ਕਰੋ ਜੇ ਸਹੀ ਲੱਗੇ ਤੁਹਾਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਜਿਹੜੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਜਿੱਥੇ ਚੱਲਦੀ ਪਈ ਆ ਉਹਦੇ ਥੱਲੇ ਸਬਸਕ੍ਰਾਈਬ ਲਿਖਿਆ ਹੁੰਦਾ ਇੰਗਲਿਸ਼ ਦੇ ਅੱਖਰਾਂ ਤੇ ਉਹਨੂੰ ਸਬਸਕ੍ਰਾਈਬ ਨੂੰ ਦਬਾ ਦਿਓ ਤੇ ਫਿਰ 올 ਨੋਟੀਫਿਕੇਸ਼ਨ ਦਬਾ ਦਿਓ ਜੀ ਨੇ ਪਹਿਲਾਂ ਸਬਸਕ੍ਰਾਈਬ ਕੀਤਾ ਹੋਇਆ ਵਾ ਉਹ ਦੁਬਾਰਾ ਸਬਸਕ੍ਰਾਈਬ ਨਾ ਕਰੋ ਕੌਣ ਕੈਨ ਸਬਸਕ੍ਰਾਈਬ ਹੋ ਜਾਣੀ ਹੋ ਤੁਸੀਂ ਚਲੋ ਜੀ ਮੰਤਰ ਨੰਬਰ 74 ਦੜੇ ਦਾ ਇਸਲਾਮੀ ਮੰਤਰ ਬismillah ਦੀਆਂ ਕੁੰਜੀਆਂ ਲਾਏ ਇਲਾਹ ਕੇ ਤੀਰ ਦੜਾ ਲਿਆਓ ਘੇਰ ਕੇ ਜਾਹਰੇ ਪੰਜ ਤਨ ਪੀਰ ਇਹ ਦੜੇ ਦਾ ਮੰਤਰ ਢਾਈਆ ਮੰਤਰ ਹੈ ਜੀ ਬਹੁਤ ਹੀ ਪਾਵਰਫੁਲ ਆ ਤੁਹਾਨੂੰ ਆਉਣ ਲੱਗ ਜਾਂਦੇ ਆ 21 ਦਿਨਾਂ ਬਾਅਦ ਵੀ ਸੁਪਨੇ ਦੇ ਵਿੱਚ ਜਾਂ ਫਿਰ ਜਿੰਦੇ ਜਾਗਦੇ ਵੀ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਗੱਲ ਨਿਕਲਦੀ ਆ ਤਾਂ ਉਹ ਸਕਾਈ ਹੁੰਦਾ ਹੈ ਵਿਧੀ ਇਸ ਮੰਤਰ ਦਾ ਜਪ 11 ਤਸਵੀਂਾਂ ਰੋਜ਼ ਪੜ੍ਹਨੀ ਆ 101 ਮਣਕੇ ਵਾਲੀ ਮਾਲਾ ਨੂੰ ਤਸਬੀਹ ਕਿਹਾ ਜਾਂਦਾ ਹੈ ਤੇ 21 ਦਿਨਾਂ ਬਾਅਦ ਤੁਹਾਨੂੰ ਦੜੇ ਮਿਲਣ ਲੱਗ ਜਾਂਦੇ ਆ ਇਹ ਗਾਰੰਟੀ ਹੈ ਜੀ ਹਣ ਤੇ ਸਤਸੋਂ ਦੇ ਤੇਲ ਦਾ ਦੀਵਾ ਜਗਾ ਕੇ ਕੋਲ ਰੱਖਣਾ ਪੰਜ ਅਰਗਬਤੀਆਂ ਤੇ ਲੋਹबान ਸਿੰਗਾਪੂਰੀ ਤਖਾਣੀ ਆ ਤੇ ਪੰਜ ਅਰਗਬਤੀਆਂ ਜਲਾਉਣੀਆਂ ਆਸਨ ਚਟੇ ਰੰਗ ਦਾ ਤੇ ਉਹਦੇ ਉੱਤੇ ਬੈਠ ਕੇ ਪਾਠ ਕਰਨਾ ਤੁਸੀਂ ਹਾਂ ਕੋਲ ਪਾਣੀ ਦਾ ਲੋਟਾ ਵੀ ਰੱਖਣਾ ਵਾ ਫੁੱਲ ਵੀ ਰੱਖ ਲੈਣੇ ਆ ਤੇ ਇਤਰ ਲਗਾ ਕੇ ਤੁਸੀਂ ਜਪ ਕਰਨਾ ਮੰਤਰ ਨਚੰਦੇ ਸ਼ੁੱਕਰਵਾਰ ਤੋਂ ਸ਼ੁਰੂ ਕਰਨਾ ਹੈ ਫੁੱਲ ਹਮੇਸ਼ਾ ਤਾਜ਼ੀ ਰੱਖਣੇ ਚਾਹੀਦੇ ਆ ਤੇ ਆਖਰ ਦੇ ਵਿੱਚ ਭੁੱਖੇ ਫਕੀਰਾਂ ਨੂੰ ਭੁੱਖੇ ਗਰੀਬਾਂ ਨੂੰ ਜਾਂ ਫਕੀਰਾਂ ਨੂੰ ਜਾਂ ਰੱਬ ਦੇ ਬੰਦਿਆਂ ਨੂੰ ਖਾਣਾ ਖਵਾਉਣਾ ਚਾਹੀਦਾ ਮਿੱਠੇ ਚੋਲ ਖਾਣੇ ਚਾਹੀਦੇ ਆ ਬਣਾ ਕੇ ਔਰ ਫਾਤੀਹਾ ਦੇ ਕੇ ਤੁਸੀਂ ਕਰ ਸਕਦੇ ਹੋ ਜੇ ਘਰੇ ਫਾਤੀਹਾ ਤੁਹਾਨੂੰ ਦੇਣੀ ਆਉਂਦੀ ਹੈ ਚਾਰੋ ਕੋਲ ਪੜੋ ਅਲਹਮ ਸ਼ਰੀ ਪੜੋ ਆਇਤਲ ਕੁਰਸੀ ਪੜੋ ਦਰੂਸ਼ਨੀ ਪੜੋ ਤੇ ਇਹਨੂੰ ਫਾਤੀਹਾ ਕਹਿੰਦੇ ਆ ਫਾਤੀਹਾ ਦੇ ਕੇ ਜਿਹੜਾ ਨਹੀਂ ਫਾਤੀਹਾ ਜਾਂਦਾ ਉਹ ਮੈਨੂੰ ਕਹਿ ਸਕਦਾ ਕਮੈਂਟ ਕਰਕੇ ਫਾਤੀਹਾ ਕਰਨ ਦਾ ਵੀ ਤਰੀਕਾ ਆਪਾਂ ਦੱਸਾਂਗੇ ਤੇ ਤਾਂ ਆਖਰ ਵਾਲੇ ਦਿਨ ਯਾਨੀ 21ਵੇਂ ਦਿਨ ਜਾਂ 40ਵੇਂ ਦਿਨ ਅੱਧੀ ਜਿਹੜੀ ਉਹ ਨਿਆਜ਼ ਬਣਾਈ ਆ ਉਹ ਮਤਿਆਂ ਨੂੰ ਪਾ ਦੇਣੀ ਆ ਤੇ ਅੱਧੀ ਨਿਆਜ਼ ਫਕੀਰਾਂ ਨੂੰ ਵੰਡਣੀ ਆ ਇਹ ਕਲਾਮ ਰੋਜ਼ ਪੜ੍ਹਦੇ ਜਾਣਾ ਤੇ ਲਿਖ ਕੇ ਸਹਰਾਣੇ ਰੱਖ ਕਿ ਅਕੱਲੇ ਸੋਝਾਇਆ ਕਰਨਾ ਪੰਜ ਤਨ ਪਾਕ ਦੇ ਸਦਕੇ ਰੋਜ਼ ਹੀ ਪੱਕਾ ਸੱਟਾ ਮਿਲੇਗਾ ਰਾਸ਼ੀ 바 ਕੀ ਪਾਕੇ ਲਾਉਣਾ ਰੋਜ਼ ਹੀ ਤਾਂ ਇਹ ਸੀ ਜੀ ਸੱਟੇ ਦਾ ਮੰਤਰ ਅੱਗੇ ਪੇਜ ਖਾਲੀ ਆ ਗਿਆ ਜੀ ਹੁਣ ਫਿਰ ਲਿਖਾਂਗੇ ਤਵੇ ਤੋਂ ਉਹ ਦੇ ਮੰਗੇ ਦੋਸਤੋ ਲਾਈਕ ਪਿਆਰਾ ਜਿਹਾ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਅਗਰ ਕੋਈ ਸਮਝ ਨਹੀਂ ਆਉਂਦਾ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰਕੇ ਪੁੱਛ ਸਕਦਾ ਹਾਂ ਅਗਰ ਫਿਰ ਵੀ ਸਮਝ ਨਹੀਂ ਆਉਂਦਾ ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ 9855892786 9855892786 ਮੇਰਾ ਨਾਮ ਹੈ ਬਾਬਾ ਅਲੀ ਕਨਚਿਸ਼ਤੀ ਔਰ ਆਪਣਾ ਨਿਵਾਸ ਸਥਾਨ ਆ ਨਾ ਮੋਗਾ ਦੇ ਵਿੱਚ ਚਿਸ਼ਤੀ ਨਿਜ਼ਾਮੀ ਦਰਬਾਰ ਨਜ਼ਦੀਕ ਪਾਣੀ ਵਾਲੀ ਟੈਂਕੀ ਨਾਨਕਨਗਰੀ ਮੋਗਾ ਅਲੀ ਬਾਬੇ ਦਾ ਦਰਬਾਰ ਜਿਹਨੂੰ ਮਰਜੀ ਪੁੱਛ ਸਕਦੇ ਨਿਜ਼ਾਮੀ ਚਿਸ਼ਤੀ ਦਰਬਾਰ ਚਿਸ਼ਤੀ ਦਰਬਾਰ ਮੋਗਾ ਚੱਕਈ ਸਾਨੂੰ ਵੇਖ ਕੇ ਬਥੇਰੇ ਬਣਾ ਚੁੱਕੇ ਨੇ ਤੇ ਚਿਸ਼ਤੀ ਦਰਬਾਰ ਬਹੁਤ ਨੇ ਪਰ ਲੇਕਿਨ ਨਿਜ਼ਾਮੀ ਚਿਸ਼ਤੀ ਦਰਬਾਰ ਅਲੀ ਬਾਬੇ ਦਾ ਦਰਬਾਰ ਉਹ ਆਪਣਾ ਨਾਨਕਨਗਰੀ ਚ ਹੈ जिन्हें आना वे मंगल वीर ते एतवार आ सकता मेहरबानी दोस्तों यूट्यूब वॉच करने वास्ते मेरा चैनल सबसक्राइब करने वास्ते और लाइक करने वास्ते लाइक जरूर कर दो जिन्हें नहीं किया कर दो दोस्तों सत श्रीकाल राम राम असलकुम वरहत लल्ला वबरकू